ਪੰਜਾਬ ਵਿੱਚ ਵੱਧ ਰਹੇ ਕ੍ਰਾਈਮ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਲਗਾਤਾਰ ਗੈਂਗਸਟਰਾਂ ਤੇ ਕਾਰਵਾਈ ਕਰ ਰਹੀ ਹੈ। ਬੀਤੇ ਦਿਨੀ ਜ਼ੀਰਕਪੁਰ ਅਤੇ ਲੁਧਿਆਣਾ ਦੇ ਵਿੱਚ ਗੈਂਗਸਟਰਾਂ ਦੇ ਐਨਕਾਊਂਟਰ ਤੋਂ ਬਾਅਦ ਹੁਣ ਪੰਜਾਬ ਪੁਲਿਸ ਦਾ ਮਾਨਸਾ ਦੇ ਵਿੱਚ ਗੈਂਗਸਟਰਾਂ ਨਾਲ ਮੁਕਾਬਲਾ ਹੋਇਆ। ਇਸ ਮੁਕਾਬਲੇ ਦੌਰਾਨ ਗੈਂਗਸਟਰ ਪਰਮਜੀਤ ਸਿੰਘ ਪੰਮਾ ਗੋਲੀ ਲੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਦਰਅਸਲ ਗੈਂਗਸਟਰ ਪਰਮਜੀਤ ਸਿੰਘ ਪੰਮਾ ਅਤੇ ਉਸਦੇ ਦੋ ਸਾਥੀਆਂ ਨੂੰ ਬੀਤੇ ਦਿਨ ਹੀ ਮਾਨਸਾ ਦੀ CIA ਟੀਮ ਨੇ ਗ੍ਰਿਫਤਾਰ ਕੀਤਾ ਸੀ। ਪੁੱਛ ਪੜਤਾਲ ਤੋਂ ਬਾਅਦ ਪੰਮੇ ਦਾ ਹਥਿਆਰ ਰਿਕਵਰ ਕਰਨ ਦੇ ਲਈ ਦੇਰ ਰਾਤ ਮਾਨਸਾ ਪੁਲਿਸ ਦੀ ਟੀਮ ਪੰਮੇ ਦੀ ਨਿਸ਼ਾਨਦੇਹੀ ਤੇ ਉਸ ਵੱਲੋਂ ਦੱਸੀ ਜਗ੍ਹਾ ਤੇ ਪਹੁੰਚੀ, ਲੇਕਿਨ ਮੌਕੇ ਤੇ ਪੰਮੇ ਨੇ ਆਪਣਾ ਲੁਕੋਇਆ ਹਥਿਆਰ ਕੱਢ ਲਿਆ ਤੇ ਪੁਲਿਸ ਦੇ ਹਵਾਲੇ ਕਰਨ ਦੀ ਬਜਾਏ ਪੁਲਿਸ ਤੇ ਹੀ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਚਾਰ ਸੰਭਾਲ ਲਿਆ ਅਤੇ ਕ੍ਰੋਸ ਫਾਇਰਿੰਗ ਕਰ ਦਿੱਤੀ। ਜਿਵੇਂ ਹੀ ਪੰਮਾ ਭੱਜਣ ਲੱਗਾ ਤਾਂ ਪੁਲਿਸ ਟੀਮ ਨੇ ਉਸਦੇ ਗਿੱਟੇ ਤੇ ਨਿਸ਼ਾਨਾ ਲਗਾਉਂਦੇ ਹੋਏ ਉਸ ਤੇ ਗੋਲੀ ਚਲਾ ਦਿੱਤੀ, ਜਿਸ ਤੋਂ ਬਾਅਦ ਪੰਮਾ ਜ਼ਖਮੀ ਹੋ ਗਿਆ ਤੇ ਉਸਨੂੰ ਮੁੜ ਤੋਂ ਕਾਬੂ ਕਰ ਲਿਆ ਗਿਆ। ਜ਼ਖਮੀ ਹਾਲਤ ਦੇ ਵਿੱਚ ਪੰਮੇ ਨੂੰ ਬੁੱਢਲਾਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਹੁਣ ਪੰਮੇ ਦੇ ਖਿਲਾਫ਼ ਪੁਲਿਸ ਤੇ ਗੋਲੀ ਚਲਾਉਣ ਅਤੇ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ ਵੀ ਕੇਸ ਦਰਜ ਕਰ ਲਿਆ ਗਿਆ ਹੈ। ਪੰਮਾ ਇਸ ਸ਼੍ਰੇਣੀ ਦਾ ਅਪਰਾਧੀ ਹੈ, ਜਿਸ ਤੇ ਪੰਜਾਬ ਦੇ ਵੱਖ ਵੱਖ ਥਾਣਿਆਂ ਦੇ ਵਿੱਚ 13 FIR, ਜਿਨ੍ਹਾਂ ਦੇ ਵਿੱਚ ਕਤਲ ਦੀ ਕੋਸ਼ਿਸ਼, ਲੁੱਟ, ਫਾਇਰਿੰਗ ਅਤੇ NDPS ਦੇ ਮਾਮਲੇ ਪ੍ਰਮੁੱਖ ਨੇ। ਮਾਨਸਾ ਪੁਲਿਸ ਨੇ ਵੀ ਉਸ ਨੂੰ ਧਾਰਾ 307 ਦੇ ਮਾਮਲੇ ਦੇ ਵਿੱਚ ਕਾਬੂ ਕੀਤਾ। ਇਹਦੇ ਸੰਬੰਧ 'ਚ ਇਹ ਹੈ ਜੀ, ਮਾਨਯੋਗ SSP ਸਾਹਿਬ ਵੱਲੋਂ ਜਿਹੜੇ ਵੀ ਕੋਈ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਮੁਹਿੰਮ ਵਿੱਢੀ ਹੋਈ ਹੈ। ਇਸੇ ਲੜੀ ਦੇ ਵਿੱਚ 26/11 ਨੂੰ ਸਿਟੀ ਬਲਾਡੇ ਦੇ ਵਿੱਚ ਇੱਕ ਮੁਕੱਦਮਾ ਦਰਜ ਹੋਇਆ ਸੀ 307 ਦਾ, ਜਿਸ ਦੇ ਵਿੱਚ ਇਹ ਦੋਸ਼ੀ ਸੀਗੇ 3 ਜਣੇ। ਜੋ CIA ਇੰਚਾਰਜ ਸਾਡੇ ਮਾਨਸਾ ਸੁਖਜੀਤ ਸਿੰਘ ਨੇ ਅਤੇ ਉਹਨਾਂ ਦੀ ਟੀਮ ਨੇ ਕੱਲ੍ਹ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਬਾਕੀ ਦੋ ਦੋਸ਼ੀਆਂ ਤੋਂ ਵੀ ਰਿਕਵਰੀ ਹੋਈ ਹੈ। ਅੱਜ ਇਸ ਨੂੰ ਨਾਲ ਲੈ ਕੇ ਅਸੀਂ ਇਸ ਵੱਲੋਂ ਮੁਕੱਦਮੇ ਦੇ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰਾਉਣ ਲਈ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਸਾਡੀ ਗੋਬਿੰਦਪੁਰੇ ਤੋਂ ਫੁੱਲੂਵਾਲਾ ਡੋਲ ਰਸਤੇ 'ਚ ਪਹੁੰਚੀ, ਜਿੱਥੇ ਇਹ ਕਹਿੰਦਾ ਸੀ ਮੈਂ ਪਿਸਤੌਲ ਮੇਰੇ ਕੋਲ ਪਿਆ, ਮੈਂ ਲੁਕੋਇਆ ਹੋਇਆ, ਇਹਨੇ ਉੱਥੇ ਜਾ ਕੇ ਪਿਸਤੌਲ ਚੱਕ ਕੇ ਪੁਲਿਸ ਵੱਲ ਫਾਇਰਿੰਗ ਕਰਤੀ ਅਤੇ ਭੱਜਣ ਦੀ ਕੋਸ਼ਿਸ਼ ਕੀਤੀ, ਅਤੇ ਜਿਸ ਦੇ ਜਵਾਬ ਦੇ ਵਿੱਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ, ਜੋ ਇਸਦੇ ਗਿੱਟੇ ਦੇ ਵਿੱਚ ਫਾਇਰ ਵੱਜੇ ਨੇ ਅਤੇ ਇਹ ਗ੍ਰਿਫਤਾਰੀ ਇਹਦੀ ਪਹਿਲੀ ਹੋ ਚੁੱਕੀ ਹੈ। ਇਹਦਾ ਨਾਮ ਪਰਮਜੀਤ ਸਿੰਘ ਪੰਮਾ ਜੀ, ਅਤੇ ਇਹਦੇ ਹੋਰ ਵੀ ਕਈ ਮੁਕੱਦਮੇ ਦਰਜ ਨੇ ਹੀਨੀਅਸ ਕ੍ਰਾਈਮ ਦੇ, ਹੈਬਿਚੁਅਲ ਕ੍ਰਿਮੀਨਲ ਆ ਇਹ, ਕਲਾਣੇ ਪਿੰਡ ਦਾ ਜੀ ਪਰਮਜੀਤ ਸਿੰਘ ਔਰ ਪੰਮਾ। ਅਤੇ ਪਿਛਲੇ ਸਮੇਂ ਦੇ ਵਿੱਚ ਵੀ ਇਹਨੇ ਇੱਕ ਵਾਰੀ ਫਾਇਰਿੰਗ ਕਰਤੀ ਸੀ ਮੰਡੀ ਦੇ ਵਿੱਚ ਕਲਾਣੀ, ਉਦੋਂ 'ਚ ਵੀ ਭਗੌੜਾ ਸੀ ਇਹ।